ਮਰ ਜਾਣਾ ਨਹੀਂ ਤੇ ਮੇਰਾ ਵੀਰ ਕਰਾ ਘਰ ਆ ਜੇ, ਮੈਨੂੰ ਹੋਰ ਕੁਛ ਨੀ ਚਾਹੀਦਾ। ਪਹਿਲਾ ਮੇਰਾ ਭਰਾ ਛੇਤੀ ਘਰ ਲੈ ਆਓ, ਨਹੀਂ ਤਾਂ ਮੈਂ ਮਰ ਜਾਣਾ। ਤਾਹਾਂ ਮਾਰ ਮਾਰ ਰੋਂਦੀ ਇਸ ਭੈਣ ਦਾ ਇੱਕ ਵੀਰ ਜੋ ਦੁਬਈ ਗਿਆ ਸੀ, ਉਸਦੀ ਦਰਦਨਾਕ ਮੌਤ ਹੋ ਗਈ ਹੈ। ਅਤੇ ਮੌਤ ਦੀ ਖਬਰ ਜਦੋਂ ਘਰ ਪਹੁੰਚੀ ਹੈ ਤਾਂ ਹਾਲ ਦੇਖੋ ਇਸ ਭੈਣ ਦਾ, ਦੇਖਿਆ ਵੀ ਨਹੀਂ ਜਾ ਰਿਹਾ ਕਿਵੇਂ ਤਾਹਾਂ ਮਾਰ ਮਾਰ ਰੋ ਰਹੀ ਹੈ ਤੇ ਆਪਣੇ ਵੀਰ ਨੂੰ ਆਵਾਜ਼ਾਂ ਮਾਰ ਰਹੀ ਹੈ। ਦਰਅਸਲ 22 ਸਾਲਾਂ ਦਾ ਨੌਜਵਾਨ ਜਾਰਜ ਮਸੀਹ, ਜੋ ਕਿ 2 ਸਾਲ ਪਹਿਲਾਂ ਹੀ ਦੁਬਈ ਗਿਆ ਸੀ ਰੋਜ਼ੀ ਰੋਟੀ ਲਈ, ਚੰਗੇ ਭਵਿੱਖ ਲਈ, ਤਾਂ ਉੱਥੇ ਕੰਮ ਕਰਦਿਆਂ ਉਸ ਨਾਲ ਹਾਦਸਾ ਵਾਪਰਿਆ ਅਤੇ ਉਸਦੀ ਦਰਦਨਾਕ ਮੌਤ ਹੋ ਗਈ। ਮੌਤ ਦੀ ਖਬਰ ਜਦੋਂ ਘਰ ਪਹੁੰਚੀ ਤਾਂ ਪਰਿਵਾਰ ਦੇ ਪੈਰਾਂ ਹੇਠੋਂ ਜ਼ਮੀਨ ਖਿਸਕ ਗਈ। ਗੁਰਦਾਸਪੁਰ ਦੇ ਪਿੰਡ ਰੂਪੋਵਾਲੀ ਦਾ ਰਹਿਣ ਵਾਲਾ 22 ਸਾਲਾਂ ਨੌਜਵਾਨ ਜਾਰਜ ਮਸੀਹ, ਜੋ 2.25 ਸਾਲ ਪਹਿਲਾਂ ਹੀ ਦੁਬਈ ਗਿਆ ਸੀ ਆਪਣੇ ਪਰਿਵਾਰ ਦੇ ਚੰਗੇ ਭਵਿੱਖ ਲਈ, ਆਪਣੇ ਚੰਗੇ ਭਵਿੱਖ ਲਈ, ਚੰਗੀ ਰੋਜ਼ੀ ਰੋਟੀ ਲਈ, ਪਰ ਉੱਥੇ ਹੀ ਇਹ ਇੱਕ ਕੰਪਨੀ ਦੇ ਵਿੱਚ ਹੈਲਪਰ ਦੀ ਨੌਕਰੀ ਕਰਦਾ ਸੀ। ਇਸੇ ਦੌਰਾਨ ਜਦੋਂ ਕਰੇਨ ਦੇ ਕੋਲ ਬੈਠਾ ਸੀ ਤਾਂ ਕਰੇਨ ਦਾ ਅਗਲਾ ਹਿੱਸਾ ਟੁੱਟ ਕੇ ਇਸ ਨੌਜਵਾਨ ਦੇ ਉੱਤੇ ਆ ਡਿੱਗਿਆ, ਜਿਸ ਕਰਕੇ ਇਹ ਬੁਰੀ ਤਰ੍ਹਾਂ ਜ਼ਖਮੀ ਹੋ ਗਿਆ ਅਤੇ ਜਦੋਂ ਇਸਨੂੰ ਹਸਪਤਾਲ ਲਿਜਾਇਆ ਗਿਆ ਤਾਂ ਉੱਥੇ ਇਸਨੇ ਦਮ ਤੋੜ ਦਿੱਤਾ। ਮਾਪਿਆਂ ਦਾ ਕਹਿਣਾ ਹੈ ਕਿ ਉਸ ਤੋਂ ਇੱਕ ਦਿਨ ਪਹਿਲੇ ਹੀ ਗੱਲ ਹੋਈ ਸੀ ਪੁੱਤ ਨਾਲ, ਤਾਂ ਬੜਾ ਹੀ ਖੁਸ਼ ਸੀ ਅਤੇ ਮਾਂ ਦੇ ਨਾਲ ਗੱਲਾਂ ਕਰ ਰਿਹਾ ਸੀ। ਪਰ ਬਾਅਦ ਵਿੱਚ ਘਰਦਿਆਂ ਨੂੰ ਫੋਨ ਆਉਂਦਾ ਹੈ ਕਿ ਉਹਨਾਂ ਦੇ ਪੁੱਤ ਦੇ ਨਾਲ ਹਾਦਸਾ ਹੋ ਗਿਆ ਹੈ ਅਤੇ ਉਹ ਹਸਪਤਾਲ ਦੇ ਵਿੱਚ ਹੈ, ਉਸਨੂੰ ਸੱਟ ਲੱਗੀ ਹੈ। ਇਸ ਤੋਂ ਬਾਅਦ ਇੱਕ ਮੰਦਭਾਗੀ ਖਬਰ ਇਸ ਪਰਿਵਾਰ ਨੂੰ ਮਿਲਦੀ ਹੈ ਕਿ ਉਹਨਾਂ ਦੇ ਪੁੱਤ ਦੀ ਹਸਪਤਾਲ ਦੇ ਵਿੱਚ ਮੌਤ ਹੋ ਗਈ ਹੈ, ਜਿਸ ਤੋਂ ਬਾਅਦ ਮਾਪਿਆਂ ਦਾ ਰੋ ਰੋ ਬੁਰਾ ਹਾਲ ਹੈ। 22 ਸਾਲ ਦਾ ਇਹ ਨੌਜਵਾਨ ਸੀ ਜਿਸਨੇ ਹਲੇ ਭਵਿੱਖ ਬਣਾਉਣਾ ਸੀ, ਚੰਗੀ ਰੋਜ਼ੀ ਰੋਟੀ ਦੇ ਲਈ ਦੁਬਈ ਗਿਆ ਸੀ, 2 ਸਾਲ ਵੀ ਪੂਰੇ ਨਹੀਂ ਹੋਏ ਸੀ, ਪਰ ਉਸ ਤੋਂ ਪਹਿਲਾਂ ਹੀ ਉਸਦੇ ਮੌਤ ਦੀ ਖਬਰ ਘਰ ਪਹੁੰਚ ਗਈ ਹੈ। ਮਾਪੇ ਬਸ ਇਹੀ ਚਾਹੁੰਦੇ ਨੇ ਕਿ ਉਹਨਾਂ ਦੇ ਪੁੱਤ ਦਾ ਉਹ ਆਖਰੀ ਵਾਰ ਚਿਹਰਾ ਦੇਖ ਸਕਣ ਅਤੇ ਆਪਣੇ ਰੀਤੀ ਰਿਵਾਜ਼ਾਂ ਨਾਲ ਉਸਦਾ ਅੰਤਿਮ ਸੰਸਕਾਰ ਕਰ ਸਕਣ, ਜਿਸ ਲਈ ਰੋਂਦੀ ਕੁਰਲਾਉਂਦੀ ਇਹ ਭੈਣ ਵੀ ਕੋਈ ਦੁਹਾਈ ਪਾ ਰਹੀ ਹੈ ਕਿ ਉਸਦੇ ਵੀਰ ਨੂੰ ਜਲਦ ਤੋਂ ਜਲਦ ਭਾਰਤ ਲਿਆਂਦਾ ਜਾਏ। ਉਹ ਆਪਣੇ ਵੀਰ ਦਾ ਆਖਰੀ ਵਾਰ ਮੂੰਹ ਦੇਖਣਾ ਚਾਹੁੰਦੀ ਹੈ, ਉਹਨੂੰ ਹੋਰ ਕੁਛ ਨਹੀਂ ਚਾਹੀਦਾ। ਬਜ਼ੁਰਗ ਮਾਤਾ ਪਿਤਾ ਵੀ ਇਹੀ ਫਰਿਆਦ ਕਰ ਰਹੇ ਨੇ ਕਿ ਉਹਨਾਂ ਦੇ ਪੁੱਤ ਦੀ ਮ੍ਰਿਤਕ ਦੇਹ ਨੂੰ ਭਾਰਤ ਲਿਆਂਦਾ ਜਾਏ। ਹਾਂਜੀ ਮਾਤਾ ਜੀ, ਜਿਹੜੇ ਤੁਹਾਡੇ ਬੇਟੇ ਦੀ ਅੱਜ ਡੈਥ ਹੋਈ ਆ ਦੁਬਈ ਦੇ ਵਿੱਚ, ਕੀ ਨਾਮ ਸੀ ਉਹਦਾ? ਉਹਦਾ ਨਾਮ ਜਾਰਜ ਸੀ। ਤੇ ਕੀ ਗੱਲਬਾਤ ਕੀ ਹੋਈ ਹੈ ਜੀ? ਗੱਲਬਾਤ ਅੱਜ ਤੋਂ 4 ਦਿਨ ਪਹਿਲਾਂ ਗੱਲ ਹੋਈ ਠੀਕ ਠਾਕ ਹੀ। ਹਾਂਜੀ, ਕੱਲ ਨੂੰ ਪਤਾ ਲੱਗਾ ਵੀ ਉਹਦੇ ਸੱਟ ਲੱਗ ਗਈ ਆ। ਬਾਅਦ ਚ ਪਤਾ ਲੱਗਾ ਘੰਟੇ ਤੱਕ ਵੀ ਉਹ ਮਸ਼ੀਨ ਥੱਲੇ ਆ ਗਿਆ ਵਾ। ਮਤਲਬ ਕਿੰਨਾ ਚਿਰ ਪਹਿਲਾਂ ਗਿਆ ਸੀ ਦੁਬਈ? ਉਹਨੂੰ 1.5 ਸਾਲ ਹੀ ਪਾਉਣੇ, 2 ਸਾਲ ਹੀ ਹੋ ਗਏ ਆ। ਜਿਹੜੀ ਤੁਹਾਡੀ ਲਾਸਟ ਟਾਈਮ ਗੱਲ ਹੋਈ, ਫਿਰ ਤੁਹਾਡੇ ਨਾਲ ਕੀ ਗੱਲਾਂ ਬਾਤਾਂ ਕੀਤੀਆਂ ਨੇ? ਗੱਲਾਂ ਬਾਤਾਂ ਉਹ ਕੀਤੀਆਂ, ਮੰਮੀ ਤੂੰ ਠੀਕ ਠਾਕ ਆ? ਮੰਮੀ ਮੈਨੂੰ ਤੁਰ ਕੇ ਦੱਸ, ਤੂੰ ਸੱਟ ਲੱਗੀ ਆ ਮੈਨੂੰ ਇੱਕ ਵਾਰੀ ਤੁਰ ਕੇ ਦੱਸ। ਮੈਂ ਬੱਚੇ ਮੈਂ ਠੀਕ ਠਾਕ ਆ, ਤੂੰ ਬਸ ਆਪਣੀ ਸਿਹਤ ਦਾ ਧਿਆਨ ਰੱਖਣਾ ਵਾ। ਤੇ ਮਤਾ ਇਹ ਦੂਜੇ ਵੀਰ ਜਿਹੜਾ ਵਿਆਹ ਕੁਆਰਾ ਸੀ? ਹਾਂਜੀ ਉਹ ਕੁਆਰਾ ਸੀ। ਕਿੰਨੀਆਂ ਭੈਣਾਂ ਕਿੰਨੇ ਭਰਾ ਨੇ? 2 ਭਰਾ 2 ਭੈਣਾਂ ਵਾ। ਹਾਂਜੀ ਇੱਕ ਵਿਆਹੀ ਆ। ਤੇ ਕੀ ਆਪਾਂ ਮੰਗ ਕੀ ਕਰਦੇ ਆ ਪੰਜਾਬ ਸਰਕਾਰ ਜਾਂ ਜੀ ਕਿਸੇ ਵੀ ਕਰਨੀ ਆ? ਮੇਰੇ ਬੱਚੇ ਦੀ ਡੈਡ ਬੋਡੀ ਮੇਰੇ ਘਰ ਆਉਣੀ ਚਾਹੀਦੀ ਆ। ਮੈਂ ਬਹੁਤ ਗਰੀਬ ਵਾਂ, ਅਸੀਂ ਬਹੁਤ ਗਰੀਬ ਵਾਂ, ਮੈਂ ਬੱਚਿਆਂ ਦੇ ਸਿਰ 'ਤੇ ਡੋਰੀ ਸੀ।
ਮੇਰਾ ਜੀ ਪ੍ਰਗਟ ਸਿੰਘ ਹੈ ਜੀ ਨਾਮ ਮੇਰਾ। ਇਹ ਜਿਹੜੇ ਨੌਜਵਾਨ ਦੀ ਡੈਥ ਹੋਈ ਆ, ਕੀ ਮਾਮਲਾ ਕੀ ਆ ਜੀ? ਇਹ ਜੀ ਜੋਰਜ ਮਸੀਹ ਆ, ਇਹਨਾਂ ਦੇ ਪਿਤਾ ਜੀ ਦਾ ਨਾਂ ਆ ਬਾਰੀ ਦਰਬਾਰਾ ਮਸੀਹ। ਇਹ ਲੜਕਾ ਡੁਬਈ ਵਿੱਚ ਲੇਬਰ ਦਾ ਕੰਮ ਕਰਦਾ ਸੀ ਅਤੇ ਉੱਥੇ ਕੱਲ੍ਹ ਪਤਾ ਲੱਗਾ ਵੀ ਕੰਮ ਕਰਦਿਆਂ ਕੋਈ ਮਸ਼ੀਨ ਉੱਤੋਂ ਡਿੱਗ ਕੇ ਉਹਦੇ ਉੱਤੇ ਪੈ ਗਈ ਹੈ ਅਤੇ ਉਹਦੀ ਸਪੋਰਟ ਲਈ ਡੈਥ ਹੋ ਗਈ ਹੈ। ਔਰ ਇਹ ਬਹੁਤ ਗਰੀਬ ਪਰਿਵਾਰ ਆ। ਅਸੀਂ ਪੰਜਾਬ ਸਰਕਾਰ ਨੂੰ ਜਾਂ ਜਥੇਬੰਦੀਆਂ ਨੂੰ ਜਾਂ ਐਨ ਜੀ ਓ ਜਾਂ ਹੋਰ ਜੋ ਟੀਮਾਂ ਪਿੰਡਾਂ ਦੇ ਵਿੱਚ ਬਣੀਆਂ ਨੇ ਉਹਨਾਂ ਨੂੰ ਅਸੀਂ ਇਹ ਕਹਿੰਦੇ ਹਾਂ ਵੀ ਇਹ ਗਰੀਬ ਪਰਿਵਾਰ ਦੀ ਮਦਦ ਜ਼ਰੂਰ ਕੀਤੀ ਜਾਵੇ ਤਾਂ ਕਿ ਇਹਨਾਂ ਗਰੀਬ ਪਰਿਵਾਰ ਦੀ ਜਿਹੜੀ ਹੈਲਪ ਹੋ ਸਕੇ। ਸਰ ਇਹ ਜਿਹੜੀ ਕੰਪਨੀ 'ਚ ਗੱਲ ਮਤਲਬ ਕੰਮ ਕਰਦਾ ਸੀ ਉਹਨਾਂ ਨਾਲ ਕੋਈ ਗੱਲਬਾਤ ਹੋਈ ਹੈ ਤੁਹਾਡੀ ਜਾਂ ਕਿਸੇ ਹੋਰ ਨੂੰ? ਨਹੀਂ, ਸਾਡੀ ਤਾਂ ਨਹੀਂ ਹੋਈ, ਪਰ ਅਸੀਂ ਕੰਪਨੀ ਨੂੰ ਵੀ ਕਹਾਂਗੇ ਵੀ ਉਹਨਾਂ ਦੀ ਕੰਪਨੀ 'ਚ ਕੰਮ ਕਰਦਾ ਵੀ ਉਹ ਵੀ ਇਹਨਾਂ ਦਾ ਜੋ ਬਣਦਾ ਸਰਦਾ ਆ ਉਹ ਵੀ ਕੰਪਨੀ ਵੀ ਇਹਨਾਂ ਦੀ ਮਦਦ ਕਰੇ ਔਰ ਉੱਥੋਂ ਜੋ ਡੈਡ ਬਾਡੀ ਆ ਉਹ ਵੀ ਕੰਪਨੀ ਜੋ ਛੇਤੀ ਛੇਤੀ ਜਾਈਏ ਇੰਡੀਆ ਭੇਜੀ ਜਾਵੇ ਤਾਂ ਕਿ ਪਰਿਵਾਰ ਦੇ ਵਿੱਚ ਉਹਨਾਂ ਦੀ ਡੈਡ ਬਾਡੀ ਆ ਸਕੇ। ਸਰ ਜਦੋਂ ਕੋਈ ਵੀ ਮਤਲਬ ਮੁਲਾਜ਼ਮ ਕੰਮ ਕਰਦਾ ਉਹਦੀ ਇੰਸ਼ੋਰੈਂਸ ਹੁੰਦੀ ਆ, ਉਹਦਾ ਬੈਨੀਫਿਟਸ ਵੀ ਹੁੰਦੇ ਨੇ, ਤੁਸੀਂ ਉਹ ਮੰਗ ਕਰੋਗੇ ਕਿ ਉਹਦੇ? ਬਿਲਕੁਲ ਬਿਲਕੁਲ ਜੀ, ਜਦੋਂ ਬੰਦੇ ਇੱਥੋਂ ਜਾਂਦੇ ਨੇ ਉਹਨਾਂ ਦੀ ਇੰਸ਼ੋਰੈਂਸ ਹੁੰਦੀ ਆ, ਅਸੀਂ ਮੰਗ ਕਰਦੇ ਹਾਂ ਕੌਮੀ ਨੂੰ ਵੀ ਜੋ ਵੀ ਉਹਨਾਂ ਦਾ ਬਣਦਾ ਆ ਕੇ ਉਹਨਾਂ ਨੂੰ ਜ਼ਰੂਰ ਦਿੱਤਾ ਜਾਵੇ ਉਹਦੇ ਮਾਪਿਆਂ ਨੂੰ।